ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਫਿਰ ਤੋਂ ਇੱਕ ਵਾਰ ਸਵਾਗਤ ਹੈ। ਤੇ ਆਓ ਅੱਜ ਅਸੀਂ ਕਰੀਮ ਮਸ਼ਰੂਮ ਪਲੱਸ ਉਹਦੇ ਵਿੱਚ ਅਸੀਂ ਕੌਰਨ ਪਾਵਾਂਗੇ ਤੇ ਰੈਸਪੀ ਬਣਾਵਾਂਗੇ। ਉਮੀਦ ਹੈ ਤੁਹਾਨੂੰ ਇਹ ਸਭ ਨੂੰ ਬਹੁਤ ਪਸੰਦ ਆਏਗੀ। ਕਰੀਮ ਮਸ਼ਰੂਮ ਤੇ ਜਿਹੜੀ ਕੌਰਨ ਹੈ ਉਸਦੀ ਰੈਸਪੀ ਬਣਾਉਣ ਜਾ ਰਹੇ ਹਾਂ ਤੇ ਵਿਧੀ ਸਾਰੇ ਜਣੇ ਨੋਟ ਕਰੋ। ਹਾਂਜੀ, ਸਭ ਤੋਂ ਪਹਿਲਾਂ ਸਮੱਗਰੀ ਨੋਟ ਕਰੋ। ਇੱਕ ਪੈਕਟ ਮਸ਼ਰੂਮ, ਦੋ ਪਿਆਜ਼ ਤੇ ਤਿੰਨ ਟਮਾਟਰ ਹੈ, ਥੋੜ੍ਹੀ ਜਿਹੀ ਇੱਕ ਕੌਲੀ ਜਿਹੜੀ ਹੈ ਕੌਰਨ ਹੈ, ਮਲਾਈ ਜਾਂ ਤੁਸੀਂ ਇਹਦੇ ਵਿੱਚ ਕਰੀਮ ਐਡ ਲੈ ਸਕਦੇ ਹੋ। ਇੱਕ ਚਮਚ ਬਟਰ ਪਾਵਾਂਗੇ, ਥੋੜ੍ਹਾ ਜਿਹਾ ਫੂਡ ਕਲਰ ਹੈ ਅਤੇ ਦੇਸੀ ਘਿਓ, ਨਮਕ, ਜੀਰਾ ਪਾਊਡਰ, ਕਸੂਰੀ ਮੇਥੀ, ਗਰਮ ਮਸਾਲਾ, ਇਹ ਸਾਰਾ ਇੱਕ ਇੱਕ ਚਮਚ ਪਏਗਾ ਇਸਦੇ ਵਿੱਚ। ਹਾਂਜੀ, ਲਓ ਜੀ, ਸਭ ਨੇ ਸਮੱਗਰੀ ਨੋਟ ਕਰ ਲਈ ਹੈ ਅਤੇ ਹੁਣ ਆਪਾਂ ਇਸਨੂੰ ਬਣਾਉਣ ਜਾ ਰਹੇ ਹਾਂ ਅਤੇ ਸਾਰੇ ਜਣੇ ਦੇਖੋ ਇਸਨੂੰ। ਗੈਸ ਅਸੀਂ ਕਰ ਲਈ ਹੈ ਔਨ। ਹਾਂਜੀ, ਇੱਕ ਚਮਚ ਅਸੀਂ ਇਸ 'ਚ ਦੇਸੀ ਘਿਓ ਪਾ ਰਹੇ ਹਾਂ, ਚਮਚ ਅਸੀਂ ਇਸਦੇ ਵਿੱਚ ਬਟਰ ਪਾਇਆ ਹੈ, ਇੱਕ ਚਮਚ ਦੇਸੀ ਘਿਓ ਪਾਇਆ ਹੈ ਇਸਦੇ ਵਿੱਚ ਅਸੀਂ, ਦੋ ਟਮਾਟਰ, ਦੋ ਪਿਆਜ਼ ਜਿਹੜੇ ਹੈ ਅਸੀਂ ਇਸਦੇ ਵਿੱਚ ਉਹ ਮਿਕਸ ਕਰ ਰਹੇ ਹਾਂ, ਗ੍ਰਾਇੰਡ ਕੀਤਾ ਹੋਇਆ ਆਲਰੇਡੀ ਇਹ ਮਸਾਲਾ। ਚਟਪਟ ਰੈਸਪੀ ਹੈ, ਇੱਕ ਵਿਸਲ ਦੇ ਵਿੱਚ ਇਹ ਜਿਹੜੀ ਮਸ਼ਰੂਮ ਹੈ ਤਿਆਰ ਹੋ ਜਾਏਗੀ। ਨਾ ਹੀ ਅਸੀਂ ਇਸਨੂੰ ਫਰਾਈ ਕਰਨਾ ਹੈ, ਨਾ ਹੀ ਇਸਨੂੰ ਅਸੀਂ ਬੋਇਲ ਕਰਨਾ ਹੈ, ਡਾਇਰੈਕਟ ਅਸੀਂ ਇਸਦੇ ਵਿੱਚ ਪਾਵਾਂਗੇ ਆਪਣੇ ਕੁੱਕਰ ਦੇ ਵਿੱਚ ਅਤੇ ਜਦੋਂ ਮਸਾਲਾ ਸਾਰਾ ਭੁੱਜ ਜਾਏਗਾ ਉਸਦੇ ਬਾਅਦ ਵੀ ਇਹਦੇ ਵਿੱਚ ਅਸੀਂ ਸਪਾਈਸ ਪਾਵਾਂਗੇ। ਲਓ ਜੀ, ਹੁਣ ਅਸੀਂ ਇਸਦੇ ਵਿੱਚ ਇੱਕ ਚਮਚ ਦੇਸੀ ਘਿਓ, ਇੱਕ ਚਮਚ ਬਟਰ ਪਾਇਆ ਹੈ, ਦੋ ਪਿਆਜ਼, ਦੋ ਟਮਾਟਰ ਇਸਦੇ ਵਿੱਚ ਮਿਕਸ ਕੀਤੇ। ਜਿਸ ਟਾਈਮ ਇਹ ਸਾਰੇ ਭੁੱਜ ਜਾਣ ਉਸਦੇ ਬਾਅਦ ਅਸੀਂ ਆਪਣੇ ਜਿਹੜੇ ਖੜ੍ਹੇ ਮਸਾਲੇ ਅਤੇ ਜਿਹੜੇ ਸਪਾਈਸ ਹੈ ਉਹ ਅਸੀਂ ਐਡ ਕਰਾਂਗੇ। ਮਸਾਲੇ ਦੀ ਪਹਿਚਾਣ ਇਹੀ ਹੁੰਦੀ ਹੈ, ਜਿਸ ਟਾਈਮ ਇਹ ਘਿਓ ਛੱਡ ਜਾਏ ਸਮਝ ਲਓ ਤੁਹਾਡਾ ਜਿਹੜਾ ਹੈ ਮਸਾਲਾ ਤਿਆਰ ਹੋ ਚੁੱਕਿਆ ਹੈ। ਲਓ ਜੀ, ਮਸਾਲੇ ਨੇ ਘਿਓ ਛੱਡ ਦਿੱਤਾ ਹੈ ਅਤੇ ਹੁਣ ਇਸਦੇ ਵਿੱਚ ਅਸੀਂ ਆਪਣੇ ਜਿਹੜੇ ਮਸਾਲੇ ਹੈ ਉਹ ਐਡ ਕਰਾਂਗੇ। ਇੱਕ ਚਮਚ ਨਮਕ, ਇੱਕ ਚਮਚ ਜੀਰਾ ਪਾਊਡਰ, ਥੋੜ੍ਹੀ ਜਿਹੀ ਕਸੂਰੀ ਮੇਥੀ, ਗਰਮ ਮਸਾਲਾ, ਇੱਕ ਚਮਚ ਜਿਹੜੀ ਹੈ ਲਾਲ ਮਿਰਚ ਪਾਵਾਂਗੇ। ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ। ਪਿੰਚ ਕੁ ਕਲਰ ਪਾਵਾਂਗੇ ਅਸੀਂ ਇਸਦੇ ਵਿੱਚ। ਕਿੰਨਾ ਸੋਹਣਾ ਕਲਰ ਆ ਗਿਆ ਹੈ। ਨਾਲ ਹੀ ਅਸੀਂ ਇਸਦੇ ਵਿੱਚ ਆਪਣੀ ਕਰੀਮ, ਜਾਂ ਤੁਹਾਡੇ ਕੋਲ ਕਰੀਮ ਹੋਵੇ ਜਾਂ ਤੁਹਾਡੇ ਕੋਲ ਮਲਾਈ ਹੋਵੇ ਉਹ ਐਡ ਕਰ ਦੇਣਾ। ਮਸ਼ਰੂਮ ਅਸੀਂ ਕੱਟ ਕੇ ਧੋ ਕੇ ਰੱਖੇ ਹੋਏ ਹੈ ਛੋਟੇ ਛੋਟੇ ਪੀਸਾਂ 'ਚ, ਥੋੜ੍ਹੇ ਜਿਹੇ ਕੌਰਨ ਐਡ ਕਰਾਂਗੇ। ਕੋਈ ਪਾਣੀ ਨਹੀਂ ਅਸੀਂ ਐਡ ਕਰਨਾ, ਬਸ ਸਿਰਫ ਇੱਕ ਵਿਸਲ ਦੀ ਲਾਵਾਂਗੇ ਹੁਣ ਅਸੀਂ ਇਸਨੂੰ। ਹੁਣ ਅਸੀਂ ਇਸਦਾ ਢੱਕਣ ਬੰਦ ਕਰਨ ਜਾ ਰਹੇ ਹਾਂ ਅਤੇ ਸਿਰਫ ਇੱਕੋ ਹੀ ਵਿਸਲ ਅਸੀਂ ਇਸਦੀ ਦਿਲਾਨੀ ਹੈ। ਇੱਕ ਵਿਸਲ ਜਦੋਂ ਆ ਜਾਏ ਸਮਝੋ ਜਿਹੜੀ ਤੁਹਾਡੀ ਕੌਰਨ ਅਤੇ ਮਸ਼ਰੂਮ ਜਿਹੜੀ ਹੈ ਤਿਆਰ ਹੈ। ਲਓ ਜੀ, ਇੱਕ ਵਿਸਲ ਵੱਜ ਗਈ ਅਤੇ ਸਾਡੀ ਜਿਹੜੀ ਹੈ ਮਸ਼ਰੂਮ ਅਤੇ ਕੌਰਨ ਤਿਆਰ ਹੋ ਚੁੱਕੇ ਨੇ ਅਤੇ ਲਓ ਹੁਣ ਅਸੀਂ ਇਸਨੂੰ ਸਰਵ ਕਰਨ ਜਾ ਰਹੇ ਹਾਂ। ਗੈਸ ਅਸੀਂ ਕਰ ਦਿੱਤੀ ਹੈ ਬੰਦ ਅਤੇ 2 ਮਿੰਟ ਇਸਦੀ ਸਟੀਮ ਦੀ ਵੇਟ ਕਰਾਂਗੇ। ਲਓ ਜੀ, ਮਸ਼ਰੂਮ ਕੌਰਨ ਤਿਆਰ ਨੇ। ਉਮੀਦ ਹੈ ਤੁਸੀਂ ਇਸਨੂੰ ਬਣਾਓਗੇ, ਖਾਓਗੇ ਅਤੇ ਖਿਲਾਓਗੇ। ਸਰ ਮਨਮੀਤ ਕੌਰ ਸੱਗੂ ਨੂੰ ਦਿਓ ਇਜਾਜ਼ਤ। ਅਗਲੇ ਐਪੀਸੋਡ ਦੇ ਵਿੱਚ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਧੰਨਵਾਦ ਤੁਹਾਡਾ।